ਜਦੋਂ ਮੈਂ ਉਦਾਂ ਹਿਸਾਬ ਲਾਉਣ ਡਿਆ ਵਾਂ ਵੀ ਮੇਰੇ ਨਾਲ ਵਿਆਹ ਕਰਾ ਕੇ ਨਾ ਤੈਨੂੰ ਕਿਹੜਾ ਫਾਇਦਾ ਹੋਇਆ ਵਾ, ਹਰ ਪਾਸੇ ਤੰਗੀ ਕੱਟਣ ਲਈ ਆ ਤੂੰ। ਜੇ ਮੰਮੀ ਆ ਤਾਂ ਮੰਮੀ ਗੱਲਾਂ ਸੁਣਾਉਂਦੇ ਆ, ਰੁਪਿੰਦਰ ਵਾ ਉਹ ਬੋਲਣ ਲੱਗੇ ਨਹੀਂ ਕੁਛ ਵਹਿੰਦੀ। ਹੈ ਹੈ ਇੱਦਾਂ ਦੀਆਂ ਗੱਲਾਂ ਕਿਉਂ ਕਰਦੇ ਜੀ? ਰੁਪਿੰਦਰ ਮੰਮੀ ਤਾਂ ਮੈਂ ਕੀ ਲੈਣਾ ਵਾ ਜਦੋਂ ਤੁਸੀਂ ਮੇਰਾ ਸਾਥ ਦਿੰਦੇ ਜੀ। ਪਿੰਡ ਜਾਣ ਨੂੰ ਜੀ ਕਰ ਰਿਹਾ ਸੀ ਅਤੇ ਮੇਰਾ ਵਿਆਹ ਤਾਂ ਹੋ ਹੀ ਹੈ ਅੱਜ। ਨਹੀਂ ਅੱਜ ਨਾ, ਹੋਰ ਇੱਕ ਦੋ ਕੰਮ ਕਰਨ ਵਾਲੇ ਆ, ਖਲੋ ਜਾਓ ਦੋ ਚਾਰ ਦਿਨ ਚਲ ਜਿਓ, ਫਿਰ ਥੋੜੇ ਦਿਨ ਤਾਂ ਹੋਏ ਤੁਹਾਨੂੰ ਆਇਆ ਨੂੰ ਅਜੇ। ਨਾ ਮੇਰੀ ਗੱਲ ਸੁਣੋ, ਮੈਂ ਮਨਾ ਕੀਤਾ ਵੀ ਨਹੀਂ ਜਾਣਾ, ਤੁਸੀਂ ਝੱਟ ਹੀ ਕਹਿਤਾ ਵੀ ਤਿਆਰ ਹੋ, ਉਹਨਾਂ ਤਾਂ ਆਪੇ ਭੂਏ ਚੜ੍ਹਨਾ ਵਾ। ਮੇਰਾ ਇਰਾਦਾ ਜਿਹੜੀ ਪੈਲੀ ਹੈ ਨਾ ਉਹ ਬੱਚਿਆਂ ਦੇ ਨਾਲ ਆ ਦੀਏ। ਬੱਚਿਆਂ ਦੇ ਨਾਲ ਆ ਦੀਏ? ਰੁਪਿੰਦਰ ਦੇ ਨਾਲ ਆਉਣੀ ਆ? ਉਹ ਨਹੀਂ, ਹਾਂ ਜੇ ਅਸੀਂ ਲਾਈਏ ਨਾ ਜੋਬਨ ਦੇ ਨਾਲ ਤੇ ਪੈਸੇ ਲੱਗਣੇ ਆ ਵੱਧ। ਅੱਛਾ, ਤੇ ਮੇਰਾ ਇਰਾਦਾ ਵਾ ਪੈਲੀ ਲਾ ਦੀਏ ਜੋਤ ਦੇ ਨਾਲ। ਜੋਤ ਦੇ ਨਾਲ? ਇਹ ਕਿੱਦਾਂ ਦੀਆਂ ਗੱਲਾਂ ਕਰਨ ਡੇ ਜੇ? ਦਿਮਾਗ ਠੀਕ ਵਾ ਤੁਹਾਡਾ? 30 ਸਾਲ ਹੋ ਗਏ ਮੇਰੇ ਵਿਆਹ ਨੂੰ, ਮੇਰੇ ਨਾਂ ਤੇ ਅਜੇ ਤੱਕ ਤੁਹਾਡੇ ਕੋਲ ਲੱਗੀ ਨਹੀਂ, ਤੇ ਨਾਲੇ ਮੇਰੀ ਸੁਣ ਲਓ ਗੱਲ, ਅਸੀਂ ਪੈਲੀ ਲਵਾਉਣੀ ਰੁਪਿੰਦਰ ਦੇ ਨਾਂ।